मैं कैप्टन जरनैल सिंह जुलाजन तुहाडा इत्थे पहुंचण ते नगर निवासी ग्राम पंचायत ते समूह संगत वालों जी आ कहिंदा ते बहुत धन्नवाद जी तुहाडा। तुसीं इन्ना निघा स्वागत कीता जी। तुहाडा की नाम बाबा जी? छेत्र सिंह है जी। अच्छा जी, तुहाडा जी? जसवंत सिंह। ठीक है, मेरा नाम है जी रविंदर पाल सिंह। ये दसो ਤੁਸੀਂ ਵਰਲਡ ਟੂਰ ਪੈਦਲ ਕਰ ਰਹੇ ਹੋ? ਹਾਂਜੀ, ਪੈਦਲ ਵੀ ਚੱਲਦਾ ਜੀ ਤੇ ਲਿਫਟ ਵੀ ਲੈ ਲੈਣਾ। ਅੱਛਾ ਜੀ, ਤੇ ਬਹੁਤ ਤਮੋਗੇ ਮੰਨ ਲਓ ਹੁਣ ਜਿਵੇਂ ਮੈਂ ਇੰਨਾ ਕੁ ਪੈਦਲ ਤਾਂ ਚੱਲਿਆ ਹੀ ਆ ਵੀ ਮੈਂ ਹੁਣ ਤੱਕ 5 ਮਹੀਨੇ 'ਚ 12 ਕਿਲੋ ਵਜਨ ਘੱਟ ਕਰ ਲਿਆ। ਜੀ ਜੀ। ਆ ਬਾਈ ਪਰਵਿੰਦਰ ਸਿੰਘ ਇੱਕੋ ਲਾਹਾ, ਤੇ ਇਹਨਾਂ ਨੇ ਮੈਨੂੰ ਇਸਰੂ ਤੋਂ ਇੱਕੋ ਲਾਹੇ ਤੱਕ ਲਿਫਟ ਦਿੱਤੀ ਹੈ। ਥੈਂਕ ਯੂ ਬਾਈ, ਧੰਨਵਾਦ। ਆ ਬਾਈ ਜੀ ਧਰਮ ਸਿੰਘ ਜੀ ਪਟਿਆਲਾ ਐਕਸਪ੍ਰੈਸ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਤੋਰਦੇ ਨੇ ਇੱਥੋਂ ਦੇ ਅੱਡੇ ਤੋਂ, ਨਾਲ ਇਹਨਾਂ ਦੇ ਸਾਰੇ ਬਾਈ ਬੱਸਾਂ ਵਾਲੇ ਨੇ ਜਿਹੜੇ ਜਿਹੜੇ ਸਾਡੇ ਸਮਰਾਲਾ ਚੌਂਕ 'ਚ ਖੜ੍ਹੇ ਹੁੰਦੇ ਨਾ ਉਦੋਂ ਇੱਥੇ ਖੜ੍ਹੇ ਸਾਰੇ ਹਰੇਕ ਅੱਡੇ 'ਤੇ ਹੁੰਦੇ ਬਾਈ। ਕੰਪਨੀਆਂ ਵੱਲੋਂ ਟਾਈਅਪ ਹੁੰਦਾ ਇਹਨਾਂ ਨੂੰ, ਗੱਡੀਆਂ ਵਾਲੇ ਬੱਸਾਂ ਵਾਲੇ ਖਰਚਾ ਪਾਣੀ ਦੇ ਕੇ ਜਾਂਦੇ, ਜਿਵੇਂ ਕੰਪਨੀ ਕੁਛ ਕੰਪਨੀ ਵੱਲੋਂ ਵੀ ਹੁੰਦਾ। ਅਤੇ ਇਹਨਾਂ ਨੇ ਮੈਨੂੰ ਇੱਥੇ ਚਾਹ ਪਾਣੀ ਲਈ ਰੋਕ ਲਿਆ ਧੱਕੇ ਨਾਲ ਹੀ, ਅਤੇ ਬਹੁਤ ਵਧੀਆ ਧੰਨਵਾਦ ਇਹਨਾਂ ਦਾ, ਚੜ੍ਹਦੀ ਕਲਾ ਬਖਸ਼ਿਆ ਮਹਾਰਾਜ ਇਹਨਾਂ ਨੂੰ, ਵਧੀਆ ਲੱਗਦਾ। ਕਿੰਨੀ ਤਰੀਕ ਦਾ ਚੱਲਿਆ ਤੁਸੀਂ? ਮੈਂ ਜੀ 20 ਫਰਵਰੀ ਦਾ ਚੱਲਿਆ। 20 ਫਰਵਰੀ? ਕਿੰਨੇ ਦੇਸ਼ ਘੁੰਮੇ? ਮੈਂ ਦੇਸ਼ ਨਹੀਂ, ਹਜੇ 17 ਸਟੇਟਾਂ ਘੁੰਮੇ ਇੰਡੀਆ 'ਚ। ਸਟੇਟਾਂ 'ਚ ਘੁੰਮੇ ਹੋ? ਜਾਣਾ ਵਰਲਡ 'ਚ? ਹਾਂ, 24 ਦੇਸ਼ ਨੇ। 24 ਦੇਸ਼? ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਆ। ਅੱਛਾ, ਉਹਨਾਂ ਦੇ ਉਸ ਰਸਤੇ 'ਤੇ? ਉਦਾਸੀਆਂ ਵਾਲੇ ਰਾਹ। ਹਾਂਜੀ, ਆਪਾਂ ਖੜ੍ਹੇ ਕੰਨੇ ਦਾਵਤ ਸਵੀਟ ਦੇ, ਇੱਥੋਂ ਦੀ ਅੰਮ੍ਰਿਤਸਰ 182 ਅਤੇ ਲੇਹ 972 ਕਿਲੋਮੀਟਰ। ਵਧੀਆ ਕੀਤਾ ਬਾਈ ਨੇ ਜਿਹੜੇ ਬੋਰਡ ਜਿਹੇ ਬਣਾ ਕੇ ਲਾਏ ਹੋਏ। ਹੁਣ ਆਪਾਂ ਜਾ ਰਹੇ ਮੰਜੀ ਸਾਹਿਬ ਕੋਟਾ ਵੱਲ। ਤਾਂ ਲਓ ਜੀ, ਆਪਾਂ ਨੂੰ ਮੰਜੀ ਸਾਹਿਬ ਕੋਟਾ ਤੋਂ ਲਿਫਟ ਮਿਲ ਗਈ ਸਰਹੰਦ ਤੱਕ, ਅਤੇ ਇਸ ਵੀਰ ਨਾਲ ਹੁਣ ਆਪਾਂ ਜਾਵਾਂਗੇ ਸਰਹੰਦ ਤੱਕ। ਮੈਂ ਪਹੁੰਚ ਗਿਆ ਜੀ ਬਾਬਾ ਜੀ ਦੇ ਢਾਬੇ 'ਤੇ, ਜਿਹਨਾਂ ਦੀ ਮੱਕੀ ਦੀ ਰੋਟੀ ਸਰੋਂ ਸਾਗ ਬੜਾ ਮਸ਼ਹੂਰ ਹੈ, ਮੰਡੀ ਗੋਬਿੰਦਗੜ੍ਹ ਦੇ ਕੋਲ। ਹੋਰ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਬਾਬਾ ਜੀ ਦੀ। ਮੱਕੀ ਰੋਟੀ ਸਾਗ ਲੋਕ ਖਾਣ ਲਈ ਦੂਰੋਂ ਦੂਰੋਂ ਆਉਂਦੇ ਆ, ਦੇਖ ਸਕਦੇ ਹੋ ਕਿੰਨਾ ਸਾਫ ਸੁਥਰਾ ਇਹਨਾਂ ਦਾ ਕੰਮ ਹੈ। ਮੰਡੀ ਗੋਬਿੰਦਗੜ੍ਹ ਦੇ ਕੋਲ ਹਾਈਵੇ ਦੇ ਉੱਤੇ ਜਦੋਂ ਵੀ ਤੁਸੀਂ ਲੰਘੋ ਅਤੇ ਬਾਬਾ ਜੀ ਕੋਲੋਂ ਖਿੜੇ ਮੱਥੇ ਮਿਲਣਾ ਬਾਬਾ ਜੀ ਨੇ ਤੁਹਾਨੂੰ ਇੱਦਾਂ ਹੀ। ਵਾਹਿਗੁਰੂ ਜੀ। ਅਤੇ ਹੁਣ ਪ੍ਰਸ਼ਾਦਾ ਛਕੀਏ, ਉਸ ਤੋਂ ਬਾਅਦ ਫਿਰ ਕਰਦੇ ਤੁਹਾਡੇ ਨਾਲ। ਪਟਿਆਲੇ ਤੋਂ ਆ ਰਿਹਾ ਜੀ, ਅਤੇ ਮੈਂ ਹੁਣ ਜਾ ਰਿਹਾ ਇੱਥੋਂ ਸੰਗਰੂਰ ਹੈਗਾ 56, ਅਤੇ ਮੈਂ ਚੱਲਿਆ ਅੱਗੇ, ਅਤੇ ਇਹ ਰੋਡ ਪਾਤੜਾ ਮਾਨਸਾ ਨੂੰ ਜਾਂਦੀ ਹੈ, ਹਜੇ ਪੈਦਲ ਹੀ ਚੱਲ ਰਿਹਾ। ਉਹ ਬਾਈ ਜੀ ਨੇ ਆਵਾਜ਼ ਮਾਰ ਲਈ। ਹਾਂਜੀ ਬਾਈ, ਬਾਈ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹ ਜੀ, ਉਹਨਾਂ ਦਾ ਗਾਹਕ ਤਾਂ ਤਿਆਰ ਕੀਤਾ ਸੀ ਪਹਿਲੇ ਬਾਈ ਨੇ, ਮੈਨੂੰ ਬੁਲਾ ਤਾ ਆਵਾਜ਼ ਮਾਰਦੇ ਸਾਰੀ। ਅਤੇ ਥੈਂਕ ਯੂ ਭਾਅ ਜੀ, ਬਹੁਤ ਧੰਨਵਾਦ ਤੁਹਾਡਾ। ਹੋਰ ਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਜੀ। ਤੁਹਾਡਾ ਨਾਮ? ਰਾਤ ਆਪਾਂ ਇਸ ਗੁਰੂ ਘਰ ਦੇ ਵਿੱਚ ਰੁਕੇ ਸੀਗੇ, ਮਹਾਂਪੁਰਖਾਂ ਦਾ ਸਥਾਨ ਹੈ, ਬਾਬਾ ਰਣਜੋਤ ਸਿੰਘ ਜੀ, ਬਾਬਾ ਹਰਦੀਪ ਸਿੰਘ ਜੀ, ਅਤੇ ਬਹੁਤ ਸੁੰਦਰ ਸਥਾਨ ਹੈ। ਇੱਥੇ ਬਾਬਾ ਜੀ ਨੇ ਕਮਰਾ ਦੇ ਤਾ ਸੀ ਰਾਤ ਆਪਾਂ ਨੂੰ, ਅਤੇ ਆਪਾਂ ਇੱਥੇ ਬੜੇ ਆਨੰਦ ਨਾਲ ਰੁਕੇ ਹਾਂ, ਅਤੇ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਹਾਂ ਅੱਗੇ ਲਈ। ਇਹ ਹੈਗਾ ਢੈਂਠਲ ਪਿੰਡ, ਬਿਜਲਪੁਰ ਅਤੇ ਢੈਂਠਲ, ਇਹ ਦੋ ਪਿੰਡ ਨੇ, ਦੋਨਾਂ ਪਿੰਡਾਂ ਦੇ ਵਿਚਾਲੇ ਇਹ ਜਿਹੜਾ ਅਸਥਾਨ ਹੈ, ਇਹ ਰਾੜਾ ਸਾਹਿਬ ਸੰਪਰਦਾਇ ਦਾ ਜਿਹੜਾ ਅਸਥਾਨ ਹੈਗਾ। ਮੈਂ ਸਮਾਣੇ ਸ਼ਹਿਰ 'ਚੋਂ ਲੰਘ ਰਿਹਾ ਸੀ ਤਾਂ ਆ ਬਾਈ ਜੀ ਹੁਣਾਂ ਕੋਲ ਆਇਆ ਸੀ ਵਾਈਫਾਈ ਦਾ ਪਤਾ ਕਰਨ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੈਂ ਵਰਲਡ ਟੂਰ ਤੋਂ ਨਿਕਲਿਆ, ਤਾਂ ਇਹਨਾਂ ਨੇ ਸਪੈਸ਼ਲ ਮੌਕੇ 'ਤੇ ਇੱਕ ਮੋਮੈਂਟੋ ਬਣਾਇਆ ਮੇਰੇ ਨਾਮ ਦਾ, ਉਹ ਬਣਵਾ ਕੇ ਲਿਆਂਦਾ ਅਤੇ ਮੇਰਾ ਸਨਮਾਨ ਕੀਤਾ। ਬਹੁਤ ਵਧੀਆ ਵੀਰ ਨੇ ਭਾਈ ਸਰਬਜੀਤ ਸਿੰਘ ਜੀ, ਜਿਹੜੀ ਕਿ ਇਹ ਬਲੂ ਪੰਚ
ਆਇਲਟ ਸੈਂਟਰ ਦੇ ਨਾਮ 'ਤੇ ਇੱਥੇ ਇਮੀਗ੍ਰੇਸ਼ਨ ਦਾ ਇਹਨਾਂ ਦਾ ਕੰਮ ਹੈਗਾ ਅਤੇ ਬਹੁਤ ਵਧੀਆ ਬੰਦੇ ਨੇ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤਰੱਕੀਆਂ ਬਖਸ਼ੇ, ਇਸੇ ਤਰ੍ਹਾਂ ਇਹ ਗੁਰਸਿੱਖਾਂ ਦਾ ਚੰਗੇ ਬੰਦਿਆਂ ਦਾ ਸਨਮਾਨ ਕਰਦੇ ਰਹਿਣ। ਪਹੁੰਚ ਚੁੱਕਿਆ ਜੀ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾ, ਅਤੇ ਆਹ ਰੋਡ ਜਿਹੜੀ ਸਿੱਧੀ ਜਾਂਦੀ ਹੈ ਹਿਸਾਰ ਵੱਲ ਨੂੰ, ਪਾਤੜਾ ਹਿਸਾਰ, ਅਤੇ ਮੈਂ ਇਸ ਚੌਂਕ 'ਚ ਪਹੁੰਚ ਚੁੱਕਿਆ ਵਾਂ। ਬਹੁਤ ਖੂਬਸੂਰਤ ਚੌਂਕ ਬਾਬਾ ਜੀ ਦਾ ਬੁੱਤ ਬਣਾ ਕੇ ਲਾਇਆ ਹੋਇਆ। ਬਾਈ ਹੁਣੇ ਮਿਲੇ ਨੇ ਮੈਨੂੰ, ਵੇਖ ਕੇ ਰੁਕੇ ਤੇ, ਹੁਣ ਇਹਨਾਂ ਕੋਲ ਚੈਨਲ ਸਬਸਕ੍ਰਾਈਬ ਕਰਵਾ ਰਿਹਾ ਮੈਂ। ਉਹ ਫਾਇਦਾ ਬੜਾ ਹੁੰਦਾ ਪੈਦਲ ਚੱਲਣ ਦਾ, ਜਿੰਨੇ ਵੀ ਲੋਕ ਆਪਾਂ ਨੂੰ ਰਾਹ 'ਚ ਮਿਲਦੇ ਆਪਾਂ ਉਹਨਾਂ ਕੋਲੋਂ ਆਪਣਾ ਚੈਨਲ ਸਬਸਕ੍ਰਾਈਬ ਕਰਵਾ ਸਕਦੇ ਹਾਂ। ਅਤੇ ਜੇ ਆਪਾਂ ਕਿਸੇ ਗੱਡੀ 'ਤੇ ਬਹਿ ਕੇ ਲੰਘ ਜਾਈਏ ਤਾਂ ਸਬਸਕ੍ਰਾਈਬਰ ਜਿਹੜੇ ਉਹ ਇੰਨੇ ਜਲਦੀ ਨਹੀਂ ਹੁੰਦੇ, ਲੇਕਿਨ ਹਜੇ ਮੇਰੇ ਘੱਟ ਨੇ, ਲੇਕਿਨ 1400 ਨੇ, ਲੇਕਿਨ ਇਹ ਵੀ ਵੱਧ ਜਾਣਗੇ ਇੱਦਾਂ ਜਦੋਂ ਆਪਾਂ ਸੜਕ ਤੋਂ ਜਾਵਾਂਗੇ ਨਾ, ਹੌਲੀ ਹੌਲੀ ਵਧੀ ਜਾਣਗੇ। ਇਹ ਨੇ ਹਰਪ੍ਰੀਤ ਭਾਅ ਜੀ, ਅਤੇ ਇਹਨਾਂ ਨੇ ਮੈਨੂੰ ਪਿੱਛੋਂ ਕਾਫੀ ਪਿੱਛੋਂ ਤੋਂ ਲਿਫਟ ਦਿੱਤੀ ਸੀ ਮੋਣਕ ਸ਼ਹਿਰ ਤੱਕ। ਥੈਂਕ ਯੂ ਭਾਅ ਜੀ। ਅਤੇ ਭਾਅ ਜੀ ਚੰਡੀਗੜ੍ਹ ਤੋਂ ਨੇ, ਅਤੇ ਉਹ ਮੇਨ ਹਰਿਆਣੇ ਦੇ ਨੇ ਜਾਖਲ ਦੇ, ਅਤੇ ਜਾ ਰਹੇ ਸੀ ਭਾਅ ਜੀ ਨੇ ਮੈਨੂੰ ਰਾਹ 'ਚੋਂ ਬਿਠਾਇਆ ਸੀ, ਅਤੇ ਜੂਸ ਵਗੈਰਾ ਵੀ ਪਾਇਆ ਭਾਅ ਜੀ ਨੇ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਅਤੇ ਇਹਨਾਂ ਦੇ ਬੇਟੇ ਦਾ ਇੱਕ ਚੈਨਲ ਹੈ, ਛੋਟਾ ਜਿਹਾ ਬੇਟਾ ਇਹਨਾਂ ਦਾ, ਬਹੁਤ ਸੋਹਣਾ। ਕੀ ਚੈਨਲ ਹੈ ਭਾਅ ਜੀ ਦੱਸ ਦਿਓ? ਐਮ ਗੁਰਨਿਵਾਸ। ਐਮ ਗੁਰਨਿਵਾਸ, ਠੀਕ ਹੈ ਜੀ। ਇੰਸਟਾਗ੍ਰਾਮ 'ਤੇ ਉਹਨੂੰ ਸਾਰੇ ਫੋਲੋ ਕਰਿਓ, ਅਤੇ ਭਾਅ ਜੀ ਉਹਨਾਂ ਨਾਲ ਉਹ ਚੈਨਲ 'ਤੇ ਜੁੜਿਓ। ਥੈਂਕ ਯੂ।